हाँ जी बच्चे सत श्रीकाल, मैं थोड़ी मैडम कमलजीत। बेटा आपां कर रहे हाँ तुहाडे सिलेबस दी रिवीजन दोहराई, ते अज आपां करांगे तुहाडी पंजाबी पाठ पुस्तक दी पन्ना नंबर 7 तों बीबा बाल कविता। जिवें तुसीं देखदे हो एक कविता अज असीं करांगे, ते कविता नाल संबंधित MCQs जिहड़े कि पैस 2020 दे विच आ रहे ने, सितंबर अक्तूबर नवंबर में आ रहे हैं, उन्होंने क्वेश्चन नूं भी हल करांगे। ते आओ आपां करिए बीबा बाल कविता। हाँ जी बच्चे, कविता है बीबा बाल। रोज़ सवेरे जल्दी उठ जावां, दातण करके फिर मिनावां। रोज़ सवेरे जल्दी उठ जावां, दातण करके फिर मिनावां। बच्चे जिहड़े बीबे बाल बच्चे हुंदे ने, सियाणे बच्चे हुंदे ने, वो रोज़ सवेरे जल्दी उठदे ने। जल्दी उठ के की करदे ने? दातण करदे ने, ब्रश करदे ने, ते फिर नहाउंदे ने। फ्रेश हो के, दातण करके, नहा के फिर की करते ने? खा परौंठा, पावां वर्दी, स्कूल आउण दी मैनू जल्दी। खा परौंठा, पावां वर्दी। बच्चे वो की करते ने? सवेर का नाश्ता करते ने। नहा के फिर की करते ने? सवेर का नाश्ता करते ने, खाना खाते ने, परौंठा खाते ने, ते फिर वर्दी पाते ने। वर्दी पाउंदे मतलब यूनिफॉर्म अपनी पहन के फिर स्कूल जाते ने चाई चाई। खा परौंठा, पावां वर्दी, स्कूल आउण दी मैनू जल्दी। सभना दा मैं कहना मन्ना, सभना दा मैं कहना मन्ना, दुध दा पीवां भरिया छन्ना। बच्चे बीबे बच्चे प्यारे बच्चे जिहड़े हुंदे ने वो सारिआं दा कहना मनदे ने। अध्यापक ਹੁਣ ਚਾਹੇ ਮੰਮੀ ਪਾਪਾ, ਦਾਦੀ ਦਾਦਾ ਜਾਂ ਵੱਡੇ ਭੈਣ ਭਰਾ, ਕੋਈ ਵੀ ਵੱਡੇ ਜਿਹੜੇ ਉਹਨਾਂ ਨੂੰ ਸਿੱਖਿਆ ਦਿੰਦੇ ਨੇ, ਉਹਨਾਂ ਨੂੰ ਇਹ ਦੱਸਦੇ ਨੇ ਬੱਚੇ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਜਲਦੀ ਉੱਠਣਾ ਹੈ, ਹੋਮਵਰਕ ਕਰਨਾ ਹੈ, ਸਮੇਂ ਸਿਰ ਪੜ੍ਹਾਈ ਕਰਨੀ ਹੈ। ਇਹ ਸਾਰੀਆਂ ਗੱਲਾਂ ਉਹ ਕੀ ਕਰਦੇ ਨੇ? ਮੰਨਦੇ ਹਨ। ਸਭਨਾ ਦਾ ਮੈਂ ਕਹਿਣਾ ਮੰਨਾ, ਦੁੱਧ ਦਾ ਪੀਵਾਂ ਭਰਿਆ ਛੰਨਾ। ਬੱਚੇ ਨੂੰ ਮਾਤਾ ਪਿਤਾ ਜੋ ਵੀ ਖਾਣ ਪੀਣ ਨੂੰ ਦਿੰਦੇ ਨੇ, ਦੁੱਧ ਦਿੰਦੇ ਨੇ, ਲੱਸੀ ਦਿੰਦੇ ਨੇ, ਉਹ ਚਾਈਂ ਚਾਈਂ ਉਸ ਨੂੰ ਪੂਰੀ ਪੀਂਦੇ ਨੇ। ਠੀਕ ਹੈ ਬੱਚੇ, ਅੱਗੇ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾਂ, ਤਾਂ ਹੀ ਬੀਬਾ ਬਾਲ ਕਹਾਵਾਂ। ਇੱਦਾਂ ਦੇ ਗੁੱਡ ਬੱਚੇ ਕੀ ਹੁੰਦੇ ਨੇ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਫਤਿਹ ਬੁਲਾਉਂਦੇ ਨੇ, ਨਮਸਤੇ, ਹੈਲੋ, ਜੋ ਕੁਝ ਵੀ ਘਰ ਦੇ ਵਿੱਚ ਸਿਖਾਇਆ ਜਾਂਦਾ ਹੈ, ਸਕੂਲ ਦੇ ਵਿੱਚ ਸਿਖਾਇਆ ਜਾਂਦਾ ਹੈ, ਉਸੇ ਤਰ੍ਹਾਂ ਹੀ ਉਹ ਚੱਲਦੇ ਹਨ। ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾਂ, ਤਾਂ ਹੀ ਬੀਬਾ ਬਾਲ ਕਹਾਵਾਂ। ਇਸੇ ਕਰਕੇ ਹੀ ਇੱਦਾਂ ਦੇ ਬੱਚੇ ਬੀਬਾ ਬਾਲ ਬੱਚੇ ਕਹਾਉਂਦੇ ਨੇ। ਹਾਂਜੀ ਬੱਚੇ, ਇੱਕ ਵਾਰ ਆਪਾਂ ਫੇਰ ਪੜ੍ਹਦੇ ਹਾਂ। ਰੋਜ਼ ਸਵੇਰੇ ਜਲਦੀ ਉੱਠ ਜਾਵਾਂ, ਦਾਤਣ ਕਰਕੇ ਫੇਰ ਮਿਨਾਵਾਂ। ਖਾ ਪਰੌਂਠਾ, ਪਾਵਾਂ ਵਰਦੀ, ਸਕੂਲ ਆਉਣ ਦੀ ਮੈਨੂੰ ਜਲਦੀ। ਸਭਨਾ ਦਾ ਮੈਂ ਕਹਿਣਾ ਮੰਨਾ, ਸਭਨਾ ਦਾ ਮੈਂ ਕਹਿਣਾ ਮੰਨਾ, ਦੁੱਧ ਦਾ ਪੀਵਾਂ ਭਰਿਆ ਛੰਨਾ। ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾਂ, ਤਾਂ ਹੀ ਬੀਬਾ ਬਾਲ ਕਹਾਵਾਂ। ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾਂ, ਤਾਂ ਹੀ ਬੀਬਾ ਬਾਲ ਕਹਾਵਾਂ। ਬੇਟਾ ਇਹ ਸੀ ਤੁਹਾਡੀ ਕਵਿਤਾ ਬੀਬਾ ਬਾਲ। ਤੁਸੀਂ ਇਹ ਸਾਰਿਆਂ ਨੇ ਜ਼ਰੂਰ ਯਾਦ ਕਰਨੀ ਹੈ, ਅਤੇ ਯਾਦ ਕਰਕੇ ਮੈਨੂੰ ਵੀ ਸੁਣਾਉਣੀ ਹੈ। ਹੁਣ ਆਪਾਂ ਕਰਾਂਗੇ MCQs। ਦੇਖੋ ਸਾਨੂੰ ਰੋਜ਼ ਕਿਵੇਂ ਉੱਠਣਾ ਚਾਹੀਦਾ ਹੈ, ਸਾਨੂੰ ਰੋਜ਼ ਕਿਵੇਂ ਉੱਠਣਾ ਚਾਹੀਦਾ ਹੈ, ਅਸੀਂ ਕਿਹੜੀ ਲਾਈਨ ਪੜ੍ਹੀ ਸੀ ਬੇਟਾ? ਰੋਜ਼ ਸਵੇਰੇ ਜਲਦੀ ਉੱਠ ਜਾਵਾਂ। ਜਲਦੀ ਉੱਠ ਜਾਣਾ ਆਪਣੇ ਹੈ ਕੁਐਸਚਨ ਦਾ ਆਨਸਰ। ਰੋਜ਼ ਸਵੇਰੇ ਜਲਦੀ ਉੱਠ ਜਾਵਾਂ, ਸਾਨੂੰ ਰੋਜ਼ ਕਿਵੇਂ ਉੱਠਣਾ ਚਾਹੀਦਾ ਹੈ, ਕਿਹੜੀ ਆਪਸ਼ਨ ਆਏਗੀ ਆਪਾਂ ਸਾਰੀਆਂ ਹੀ ਪੜ੍ਹਾਂਗੇ। ਪਹਿਲੀ ਆਪਸ਼ਨ ਹੈ ਆਰਾਮ ਨਾਲ, ਆਰਾਮ ਨਾਲ। ਦੂਜੀ ਹੈ ਦੇਰੀ ਨਾਲ, ਤੀਜੀ ਹੈ ਜਲਦੀ ਨਾਲ। ਕਿਹੜੀ ਆਪਸ਼ਨ ਹੈ ਰੋਜ਼ ਸਵੇਰੇ ਜਲਦੀ ਉੱਠ ਜਾਵਾਂ? ਸਾਡੀ ਆਪਸ਼ਨ ਹੈ ਤੀਸਰੀ। ਅਸੀਂ ਇੱਥੇ ਕੀ ਲਿਖਾਂਗੇ ਸਾਡੇ ਬਾਕਸ ਦੇ ਵਿੱਚ? ਨੰਬਰ 3। ਆਪਣਾ ਦੂਸਰਾ ਕੁਐਸਚਨ ਹੈ ਨਹਾਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਨਹਾਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ। ਆਪਣੇ ਆਪਾਂ ਕੀ ਕਵਿਤਾ ਪੜ੍ਹੀ ਹੈ ਬੇਟਾ? ਦਾਤਣ ਕਰਕੇ ਫਿਰ ਮਿਨਾਵਾਂ, ਦਾਤਣ ਕਰਕੇ ਫਿਰ ਮਿਨਾਵਾਂ। ਦਾਤਣ ਕਰਕੇ ਨਹਾਉਂਦੇ ਆ ਬੱਚੇ, ਨਹਾਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਕਿਹੜੀ ਆਪਸ਼ਨਸ ਆਈਆਂ ਨੇ? ਨਹਾਉਣ ਤੋਂ ਪਹਿਲਾਂ ਪਰੌਂਠਾ ਖਾਣਾ ਚਾਹੀਦਾ ਹੈ? ਬਿਲਕੁਲ ਨਹੀਂ।
दातन करनी चाहिए है, दातन करके फिर विनावा। तीसरी ऑप्शन की दिती है दुध पीना। नहाने तो पहला बेटा कभी भी खाना नहीं खाना चाहिए है, दातन करके फिर मिनावा, इहदा मतलब दूसरी ऑप्शन है। इत्थे असीं इत्थे की लिखांगे ऑप्शन नंबर दो, बिब्बा बाल किवें बन सकदे हाँ। बिब्बा बाल किवें बन सकदे हाँ, असीं किवें बन सकदे हाँ, माता पिता दा कहना मन के रोज सवेरे जल्दी उठ के नाश्ता करके दुध भी पीना है, खेडना भी है, पढ़ाई भी करनी है। जिहड़ा कुछ असीं अपनी कविता दे विच सिखिया है उसे तरह ही आपां करना है। इत्थे देखो किहड़ी ऑप्शन आई है, पहली ऑप्शन है अपनी मर्जी करके, अपनी मर्जी करके नहीं। अगर है झूठ बोल के, झूठ बोल के असी झूठ बोल के भी बिब्बा बाल नहीं बन सकते, अपनी मर्जी करके भी बिब्बा बाल नहीं बन सकते। अगे है सारियां दा कहना मन के, बड़ियां दा सारियां दा कहना मन के ही असी बिब्बा बाल बन सकते हाँ। तो साड़ी ऑप्शन की है नंबर तीन, नंबर तीन असी इत्थे की करांगे नंबर तीन लिखांगे। ठीक है बेटा, ये तो बिब्बा बाल नाल संबंधित एमसीक्यूज़।